ਦੇਣ ਦੇ ਮਾਮਲ ਦਾ ਪਰਦਾ ਟਾ ਕੇ ਪੁੱਛਦਾ ਵੇ ਅੰਮਾ ਦੀ ਜਾਈ ਥੱਕ ਤਾਂ ਨਾ ਪਏ ਭਲਾ ਵੀ ਅੰਮਾ ਦੀ ਜਾਈ ਪਿਆਸ ਤਾਂ ਨਾ ਲੱਗੀ ਠੀਕ ਹੈ ਬਾਬਾ ਬੇਣਾ ਲਿਓ ਕਾਇਨਾਤ ਦੀ ਉਹ ਕਿਤਨੀ ਖੁਸ਼ਕਿਸਮਤ ਬੇਣੇ ਜਿਸ ਨੂੰ ਇੱਕੇ ਟਾਈਮ ਵਿੱਚ ਚਾਰ ਵਿਆਹ ਇਕੱਠੇ ਮਿਲਵੇ ਭਲਾ ਉਹਨੇ ਅੱਲਾ ਪਰਦੇ ਸਲਾਮਤ ਰੱਖਣੇ ਮਦੀਨੇ ਆਏ ਦਰਵਾਜ਼ੇ ਤੇ ਆ ਕੇ ਕਰਬਲਾ ਦੇ ਗਰੀਬ ਨੇ ਰੋਣੇ ਸ਼ੁਰੂ ਕੀਤੇ ਮਿਰਾਦ ਰੋਣ ਦੀ ਆਵਾਜ਼ ਭੇਣ ਸੁਣੀਏ ਬੀਬੀ ਆਦੀ ਅੰਮਾ ਦਾ ਜਾਇਆ ਬੇ ਮੌਸਮ ਕਿਉਂ ਵਧਾ ਰੋਨੇ ਭੇਣ ਦੇ ਪਾਸੇ ਦੇਖ ਕੇ ਆਦੇ ਅੰਮਾ ਦੀ ਜਾਈ ਰੋਂਦਾ ਇਸ ਵਾਸਤੇ ਆ ਬਾਬਾ ਕੂਫੇ ਸਦੇ ਲਈ ਬਿਰਾ ਦੀ ਦਾੜੀ ਤੇ ਬਹੁਤ ਸਦੇ ਕੇ ਆਦੀ ਇਹ ਰੋ ਨਹੀਂ ਹੈ ਤਾਂ ਬਾਬਾ ਕੂਫੇ ਸਦੇ ਲਏ ਜੇ ਤਾਂ ਆਖਿਆ ਤਾਂ ਮੈਂ ਸ਼ਾਮ ਹੀ ਲੱਗੀ ਵੈਸਾ ਭਲਾ ਹੋਵੇ ਅੱਲਾ ਪਰਦੇ ਸਲਾਮਤ ਰੱਖੀ ਬਾਈ ਜਾਨ ਦੋ ਦਿਨਾਂ ਦੇ ਬਾਅਦ ਤਿਆਰੀ ਹੋਈ ਹੈ ਦਰਵਾਜ਼ੇ ਤੇ ਮਾਮਲ ਹੈ ਅਲੀ ਦੀ ਧੀ ਨੇ ਵਿਹੜੇ ਚੋਂ ਪਹਿਲਾ ਕਦਮ ਬਾਹਰ ਰੱਖੇ ਅਕਲ ਮਾਰ ਕੇ ਆਦੀ ਅੰਮਾ ਫਿਜ਼ਾ ਇਹ ਕਿਹੜੀ ਸ਼ੈ ਫਿਜ਼ਾ ਰੋ ਕੇ ਆਦੀ ਇਹ ਮਾਂ ਮਰ ਵਨੀ ਇਸ ਨੂੰ ਮਾਮਲ ਸਦੇ ਦਿਲ ਵਤਨ ਵਾਲੇ ਅਲੀ ਦੀ ਧੀ ਮਾਮਲ ਚ ਬੈਠੀ ਇਵੇਂ ਆਦਰਾਨਾ ਕਰਬਲਾ ਤੂੰ ਤਿੰਨ ਮੀਲ ਦੂਰ ਤੇਰੀ ਸਹਿਣ ਦਾ ਮਾਮਲ ਰੁਕੇ ਯਾ ਅਚਾਨਕ ਅਮੀਰ ਇਮਾਮ ਦੀ ਚੰਦ ਮਾਮਲਾ ਤਜੀਦ ਪਈ ਹੈ ਅੱਖਾਂ ਨਹੀਂ ਕਈ ਸਾਵਣ ਦੇ ਬਦਲਣ ਉਹ ਮਿੱਟੀ ਤੇ ਬਹਿ ਕੇ ਰੋਣ ਲਿਓ ਮੇਰੇ ਅਮੀਰ ਇਮਾਮ ਨੇ ਆ ਕੇ ਦੀ ਤੇ ਮਾਮਲ ਦੀ ਮਹਾਰ ਨੱਪੀ ਬੀਬੀ ਥੋੜਾ ਜਿਹਾ ਮਾਮਲ ਪਰਦਾ ਡਾ ਕੇ ਵੇਖੇ ਤਮੀਰ ਬਾਬਾ ਮਾਮਲਾਂ ਦੀਆਂ ਮਾਰਾਂ ਛਿਕੀਆਂ ਉੱਚਾ ਵੈਣ ਕਰਕੇ ਦੀ ਅਸਨ ਬਿਰਾ ਉੱਠ ਬਹਾ ਮੈਂ ਲਾਹਨੀਆਂ ਅਕਲ ਮਾਰ ਗਿਆ ਤੇ ਮੈਡੀਆਲੀ ਅਧੀ ਆਪ ਨਹੀਂ ਲੈਣਾ ਮੈਂ ਤੈਨੂੰ ਲਾਉਣੇ ਬੈਠੇ ਦਦੀਆਂ ਲਿਓ ਬੀਬੀਆਂ ਦੀਆਂ ਬਾਬਾ ਕਿਉਂ ਸੈਯਦਾ ਤੇ ਮੈਡੀਆਲੀ ਅਧੀ ਮੈਂ ਕੂਫੇ ਵਾਲਿਆਂ ਲੋਕਾਂ ਨੂੰ ਦੱਸਣਾ ਚਾਹੁੰਦਾ ਵੇਖ ਲੈ ਤੂੰ ਕਿਤਨੀ ਇੱਜ਼ਤ ਦੀ ਮਾਲਕ ਏ ਕਿਹੜੇ ਇੱਜ਼ਤਦਾਰ ਪਿਓ ਦੀ ਧੀਏ ਸੈਯਦਾ ਦਰੀ ਦਾਦੀ ਮਾਮਲ ਚੁਲਤੀ ਦੋਵੇਂ ਪਿਓ ਤਦੀ ਚੰਦ ਕਦਮ ਤੁਰੇ ਰਬਾਨੀ ਸਹਿਬ ਚੰਦ ਕਦਮ ਤੁਰੇ ਯਤੜੇ ਇਮਾਮ ਰੋਂਦਾ ਰੋਂਦਾ ਮਿੱਟੀ ਤੇ ਬਹਿ ਗਏ ਅਕਲ ਮਾਰ ਗਿਆ ਤੇ ਮੈਡੀ ਆਲੀ ਅਦੀ ਕੂਫੇ ਦਾ ਸਦਰ ਬਾਲਾ ਰਹੀ ਉਹ ਸਾਹਮਣੇ ਸੁਣਿਆ ਦਰਬਾਰ ਰਹੀ ਅਕਲ ਮਾਰ ਗਿਆ ਦੀਏ ਬਾਬਾ ਬਾਬਾ ਮੈਂ ਤਾਂ ਤੇਰੀ ਸ਼ਰਮਾ ਲੀ ਦੀਆਂ ਬਾਬਾ ਮੈਂ ਕੋਈ ਬਾਜ਼ਾਰਾਂ ਤੇ ਦਰਬਾਰਾਂ ਜਾਣੇ ਜਦੋਂ ਬੀਬੀ ਆਖੇ ਬਾਬਾ ਮੈਂ ਕੋਈ ਬਾਜ਼ਾਰਾਂ ਤੇ ਦਰਬਾਰਾਂ ਜਾਣੇ ਇਵੇਂ ਅਮੀਰ ਇਮਾਮ ਦੀਆਂ ਅੱਖਾਂ ਨਹੀਂ ਕਈ ਸਾਵਣ ਦੇ ਬਦਲੇ ਦੀਆਂ ਲਿਆ ਸੈਯਦਾ ਦੇ ਮੈਡੀ ਆਲੀਆ ਦੀ ਤੇਰੀ ਮਾਂ ਦਰਬਾਰ ਚ ਗਈ ਆ ਦਰਬਾਰ ਚ ਵੰਜਣਾ ਤੁਹਾਡੀ ਸੁਨਾ ਦਬਣ ਗਈ ਹੈ ਜਦੋਂ ਆਖੇ ਦਰਬਾਰ ਚ ਵੰਜਣਾ ਤੁਹਾਡੀ ਸੁਨਾ ਦਬਣ ਗਈ ਹੈ ਉਹ ਜਵਾਨ ਮੜੀ ਸੈਣ ਨੇ ਬਾਬੇ ਦੇ ਗੱਲ ਚ ਬਾਈ ਪਾਈਆਂ ਉਹ ਚਵੈਣ ਕਰਕੇ ਆਦੀ ਉਹਦੇ ਪਿਓ ਦਾ ਪੁੱਤਰ ਜੋ ਕੋਈ ਨਾਈ ਤਾਈ ਗਈ ਦਰਬਾਰ